चैनल इंडिया क्राइम न्यूज देख रहे सारे दर्शकों का स्वागत करते हाँ। बच्चे की हत्या मामले को लैके बच्चे के परिवारक मैंबर अमृतसर पठानकोट नैशनल हाईवे से रोस प्रदर्शन कर रहे परिवारक मैंबरों पुलिस ने आश्वासन दे के दो दिन का समा लैके सो रोड नू चालू करवा दिता गया है। उत्थे परिवारक मैंबर ने दसिया कि पुलिस के वलों भरोसा दिता गया है कि दो दिन के अंदर जो आरोपियों गिरफ्तार किया जाएगा। सो और दसिया कि असी पुलिस की गल मान के हुण धरना जो चक रहे हाँ और जे दो दिन के अंदर कोई कार्रवाई ना हुई तो फिर तो धरना दिता जाएगा। उन्नी देर मृतक बच्चे का संस्कार है जो नहीं किया जाएगा। सो उत्थे ही पहुँचे मौके पर एस पी गुरदासपुर ने दसिया एस पी साहब ने दसिया कि परिवार को आश्वासन दवाया गया है दो दिन का समा जो लिया गया है दो दिन के अंदर एक इनवैसटीगेशन टीम भी तैयार की गई है पारदर्शी तरीके दे नाल काम जो किया जाएगा जाँच होगी पारदर्शी तरीके दे नाल। सो देखना यह होगा कि की दो दिन के अंदर पुलिस आरोपियों गिरफ्तार कर सलाखों के पिछे बंद करती है। होर नवी अपडेट जानने के लिए देखते रहो चैनल इंडिया क्राइम न्यूज़। पत्रकार जतेंद्र सोडी से सुखनाम सिंह की दीनानगर तो खास रिपोर्ट मिलते हैं अगली खबर के नाल। हाँ जी एस पी साहब मुकेश सर हुण सानू पूरा भरोसा दिता वा तो तुहानू थोड़ा समा दवो असी उन्हां दी गिरफ्तारी जरूर करांगे। कल तो दस टाइम मंगया वा परसों दस बजे तक का आंदे सानू समा दवो असी उन्हां दी गिरफ्तारी जरूर करांगे। इन्हां सानू भरोसा दिता असी इन्हां ते पूरा यकीन किया वा ਤੇ ਹੁਣ ਧਰਨਾ ਚੁੱਕਣ ਲੱਗੇ ਭਾਜੀ ਫਿਰ। ਹਾਂਜੀ ਹੁਣ ਆਪਾਂ ਧਰਨਾ ਚੱਕ ਲਵਾਂਗੇ ਜੇ ਨਾ ਇਹਨਾਂ ਗ੍ਰਿਫਤਾਰੀ ਹੋਈ ਤਾਂ ਅਸੀਂ ਪਰਸੋਂ ਫੇਰ ਧਰਨਾ ਲਾ। 302 ਦਾ ਮੁਕਦਮਾ ਦਰਜ ਹੋਇਆ ਸੀਗਾ ਦੀਨਾਨਗਰ ਥਾਣੇ ਦੇ ਵਿੱਚ ਤੇ ਪਰਿਵਾਰ ਦਾ ਰੋਸ਼ ਹੈ ਕਿ ਉਹਦੇ ਵਿੱਚ ਜਿਹੜੇ ਮੁਜਰਿਮ ਹੈ ਉਹ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਏ ਜਿਸ ਸੰਬੰਧੀ ਇਹਨਾਂ ਨੇ ਅੱਜ ਇੱਕ ਰੋਸ਼ ਪ੍ਰਦਰਸ਼ਨ ਕੀਤਾ ਸੀਗਾ। ਮੌਕੇ ਦੇ ਉੱਪਰ ਆ ਕੇ ਮੈਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਸਾਨੂੰ 2 ਦਿਨ ਦਾ ਟਾਈਮ ਦਿਵੋ ਆਪਾਂ ਜਿਹੜੀ ਆਪਣੀ ਇਨਵੈਸਟੀਗੇਸ਼ਨ ਉਹ ਬੜੀ ਫੇਅਰ ਤਰੀਕੇ ਦੇ ਨਾਲ ਕਰਾਂਗੇ ਤੇ ਉਹਦੇ ਵਿੱਚ ਜੋ ਬੰਦੀ ਅਰੈਸਟ ਹੈਗੀ ਹੈ ਬੰਦਿਆਂ ਦੀ ਉਹ ਵੀ ਕੀਤੀ ਜਾਵੇਗੀ। ਇਹਦੇ ਨਾਲ ਨਾਲ ਮੈਂ ਵੀ ਦੱਸਣਾ ਚਾਹੁੰਦਾ ਇਸ ਮੁਕਦਮੇ ਦੇ ਵਿੱਚ ਅਸੀਂ ਆਪਣੇ ਐਸ ਐਸ ਪੀ ਸਾਹਿਬ ਨਾਲ ਗੱਲ ਕਰਕੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੀ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਮੈਂ ਖੁਦ ਬਤੌਰ ਸੁਪਰਵਾਈਜ਼ਰੀ ਆਫਿਸਰ ਰਹਾਂਗਾ। ਇਹਦੇ ਵਿੱਚ ਇੱਕ ਡੀ ਐਸ ਪੀ ਸਾਡੇ ਸਪੈਸ਼ਲ ਬ੍ਰਾਂਚ ਹਨ ਅਤੇ ਇੱਕ ਡੀ ਐਸ ਪੀ ਸਾਡੇ ਡੀ ਗੁਰਿੰਦਰ ਨਾਗਰਾ ਜੀ ਅਤੇ ਇੱਕ ਜਿਹੜੇ ਐਸ ਐਚ ਓ ਜਿਹੜੇ ਦੀਨਾਨਗਰ ਹੈ ਉਹ ਸਿੱਟ ਦੇ ਮੈਂਬਰ ਹੋਣਗੇ। ਆਉਣ ਵਾਲੇ 2 ਦਿਨਾਂ ਦੇ ਵਿੱਚ ਜਿਹੜੇ ਹੈਗੇ ਅਸੀਂ ਸਾਰੇ ਸਿੱਟ ਦੇ ਮੈਂਬਰ ਬੈਠ ਕੇ ਇਹਨੂੰ ਫੇਅਰ ਤਰੀਕੇ ਦੇ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਏਗੀ ਉਹ ਬੜੇ ਪਾਰਦਰਸ਼ੀ ਤਰੀਕੇ ਦੇ ਨਾਲ ਅਤੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲਿਜਾ ਕੇ ਅਸੀਂ ਮਤਲਬ ਕਿ ਸਾਰੀ ਦੀ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹਨੂੰ ਕੰਪਲੀਟ ਕਰਾਂ। 2 ਕੁ ਦਿਨ ਬੋਲਿਆ ਕਿ 2 ਦਿਨ ਦੇ ਵਿੱਚ ਵਿੱਚ ਸਰ ਤੁਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰੋ। ਉਹਦੇ ਦੌਰਾਨ ਕਹਿੰਦੇ ਕਿ ਅਸੀਂ ਜਿਹੜੀ ਲਾਸ਼ ਜਿਹੜੀ ਹੈਗੀ ਉਹਨੂੰ ਹਾਲੇ ਤੱਕ ਨਹੀਂ ਜਲਾਵਾਂਗੇ ਅਤੇ ਆਪਾਂ 2 ਦਿਨ ਦੇ ਵਿੱਚ ਜਿਹੜਾ ਹੈਗਾ ਆਪਾਂ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਣੀ ਕੰਪਲੀਟ ਕਰਾਂਗੇ। 3 ਤਰੀਕ ਹਾਂਜੀ ਜਿਹੜੇ ਬੰਦੇ ਦੇ ਉੱਪਰ ਪਰਚਾ ਦਰਜ ਹੋਇਆ ਸਾਡਾ ਮੁਲਾਜ਼ਮ ਹੈਗਾ ਤਾਂ ਉਹ ਜਿਸ ਤਰੀਕੇ ਦੇ ਉਹਨਾਂ ਨੇ ਬਿਆਨ ਲਿਖਵਾਏ ਸੀਗੇ ਆਪਾਂ ਉਸ ਤਰੀਕੇ ਦੀ ਕਾਰਵਾਈ ਕੀਤੀ ਹੋਈ ਹੈ। ਹੁਣ ਸਸਪੈਂਸ਼ਨ ਸੰਬੰਧੀ ਹੈ ਕਿ ਉਹ ਬੰਦਾ ਪਿਛਲੇ 3 ਕੁ ਦਿਨਾਂ ਤੋਂ ਲਗਾਤਾਰ ਗੈਰ ਹਾਜ਼ਰ ਚੱਲ ਰਿਹਾ ਥਾਣੇ ਦੇ ਵਿੱਚ ਫਿਰ ਜੋ ਵੀ ਉਹਦੀ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਹੁੰਦੀ ਸਾਡੀ ਡਿਪਾਰਟਮੈਂਟਲ ਉਹ ਐਕਸ਼ਨ ਲਿਆ ਜਾਊਗਾ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।